ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਚੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਾਇਆ ਸੁਰ ਨੇਤ ਨੇਤ ਬੰਤਰਨ ਕਹਿਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਤੁਮਰੀ ਮਹਿਮਾ ਅਪਰ ਅਪਾਰਾ ਜਾਂ ਕਾਲ ਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਤੁਮਰੀ ਮਹਿਮਾ ਅਪਰ ਅਪਾਰਾ ਜਾਂ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦੋਹਰਾ ਮੁਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧਲ ਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਚੌਪਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗਰੀਬ ਨਿਵਾਜ ਦਲ ਭੰਜਨ ਗੁਰਸੂਰਮਾ ਵੜਜੋਦਾ ਬਖ ਪਰਉਪਕਾਰੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨਾਂ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਜੁੜ ਕੇ ਆਪ ਜੀ ਹਰ ਰੋਜ਼ ਗੁਰਬਾਣੀ ਦੇ ਕੀਰਤਨ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਦਸਮ ਪਾਤਸ਼ਾਹ ਜੀ ਦੇ ਪਾਵਨ ਪਾਠ ਚਿੱਤਰ ਨਾਟਕ ਦੀ ਕਥਾ ਸਰਵਣ ਕਰਦੇ ਹੋ ਮਹਾਰਾਜ ਕਲਗੀਧਰ ਪਾਤਸ਼ਾਹ ਪਹਿਲੇ ਅਧਿਆਇ ਦੇ ਵਿੱਚ ਕਾਲ ਪੁਰਖ ਜੀ ਦੀ ਉਸਤਤ ਕੀਤੀ ਹੈ। ਹੁਣ ਦੂਸਰਾ ਅਧਿਆਇ ਆਰੰਭ ਹੈ। ਮਹਾਰਾਜ ਕਾਲ ਦੇ ਸਰੂਪ ਵਿੱਚ ਜੋ ਜੋ ਸ੍ਰਿਸ਼ਟੀ 'ਚ ਵਰਤਾਰਾ ਵਰਤਿਆ ਇਸ ਅਨੋਖੇ ਤਮਾਸ਼ੇ ਦੇ ਰੰਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਸ ਜਾਮਿਆਂ ਵਿੱਚ ਗੁਰਦੇਵ ਵਰਤੇ ਅਤੇ ਜਿਹੜਾ ਗੁਰਬਾਣੀ ਦਾ ਇਹ ਪਾਵਨ ਬਚਨ ਹੈ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੈ ਜਿਸ ਦੀ ਵਸਤ ਸਹਿ ਕਰ ਆਵੈ ਉਸ ਸਿਧਾਂਤ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਪੂਰਾ ਖੋਲ੍ਹ ਕੇ ਦੱਸਿਆ ਹੈ ਵੀ ਜਿਸ ਦੀ ਵਸਤੂ ਕਿਉਂ ਕਿਵੇਂ ਵਾਪਸ ਆਈ ਉਹ ਕਾਰਨ ਕੀ ਸੀ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੋਢੀਆਂ ਦੇ ਘਰ ਵਿੱਚ ਗੁਰਤਾ ਗੱਦੀ ਕਿਵੇਂ ਰਹੀ ਇਤਿਹਾਸਕ ਪ੍ਰਮਾਣ ਸੋਢੀਆਂ ਦੇ ਘਰ ਦਾ
ਬੇਦੀਆਂ ਦੀ ਕੁੱਲ ਕਿਵੇਂ ਪ੍ਰਗਟ ਹੋਈ ਹੈ, ਸੋਢੀਆਂ ਦੀ ਕੁੱਲ ਕਿਵੇਂ ਪ੍ਰਗਟ ਹੋਈ ਹੈ, ਇਸ ਦੇ ਪਰਥਾਏ ਕੁਛ ਪ੍ਰਮਾਣ ਹੈ। ਪਹਿਲਾਂ ਅਕਾਲ ਪੁਰਖ ਜੀ ਦੀ ਉਸਤਤ ਦੇ ਵਿੱਚ ਕੁਛ ਬਚਨ ਹਨ। ਆਓ ਪ੍ਰੇਮ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦਾ ਆਨੰਦ ਮਾਣੀਏ ਜੀ। ਮਨ ਬਿਰਤੀਆਂ ਜਾਗਰ ਕਰੋ, ਹਾਜ਼ਰ ਜਵਾਓ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਚੌਪਈ ਤੁਮਰੀ ਮਹਿਮਾ ਅਪਰਿਆ ਪਾਰਾ। ਬੜੇ ਸਰਲ ਰੂਪ ਵਿੱਚ ਕਲਗੀਧਰ ਪਾਤਸ਼ਾਹ ਸਿੱਧੇ ਜਿਹੇ ਅਰਥਾਂ ਨੂੰ ਪ੍ਰੇਮ ਭਾਵ ਵਿੱਚ ਵਰਣਨ ਕੀਤਾ। ਹੇ ਮਹਾਰਾਜ, ਆਪ ਜੀ ਦੀ ਮਹਿਮਾ ਪਰਮ ਅਪਾਰ, ਪਰੇ ਤੋਂ ਪਰੇ, ਅਪਰ ਕਹੀਏ ਜਿਸ ਤੋਂ ਪਰੇ ਕੁਛ ਨਹੀਂ, ਉਸ ਤੋਂ ਵੀ ਪਰੇ ਆਪ ਜੀ ਦਾ ਸਰੂਪ ਹੈ, ਜਿੱਥੇ ਤੱਕ ਸਾਡੀ ਬੁੱਧੀ ਖਤਮ ਹੋ ਜਾਏ। ਹੇ ਅਪਰਮ ਅਪਾਰ ਪਰਮੇਸ਼ਰ ਜੀ, ਆਪ ਜੀ ਦੀ ਮਹਿਮਾ ਅਪਰਮ ਅਪਾਰ ਹੈ, ਕੋਈ ਅੰਤ ਨਹੀਂ ਪਾ ਸਕਦਾ। ਜਾਣ ਕਾ ਲਹਿਓ ਨਾ ਕਿਨਹੂੰ ਪਾਰਾ, ਜਿਸ ਮਹਿਮਾ ਦਾ ਅਖੀਰ ਪਾਰਾਵਾਰ ਕਿਸੇ ਨੇ ਨਹੀਂ ਜਾਣਿਆ। ਦੇਵ ਦੇਵ ਰਾਜਨ ਕੇ ਰਾਜਾ, ਆਪ ਦੇਵਤਿਆਂ ਦੇ ਦੇਵ ਹੋ, ਦੇਵਤਿਆਂ ਨੂੰ ਵੀ ਪ੍ਰਕਾਸ਼ ਕਰਦੇ ਹੋ, ਕਿਉਂਕਿ ਪਰਮੇਸ਼ੁਰ ਅਨੇਕਾਂ ਦੇਵਤਾਵਾਂ ਨੂੰ ਬਣਾਉਣ ਵਾਲੇ ਆ। ਅੰਨ ਜਲ ਅਗਨੀ ਹਵਾ, ਇਹਨਾਂ ਸਾਰਿਆਂ ਦਾ ਪ੍ਰਕਾਸ਼ ਪਰਮੇਸ਼ੁਰ ਹੈ। ਵਾਹਿਗੁਰੂ ਦੀ ਸੱਤਾ ਨਾਲ ਹੀ ਅੰਨ ਪੱਕਦਾ, ਵਾਹਿਗੁਰੂ ਦੀ ਸੱਤਾ ਨਾਲ ਹੀ ਜਲ ਵਿਵਹਾਰ ਕਰਦਾ। ਪਰਮੇਸ਼ੁਰ ਦੀ ਸੱਤਾ ਸੱਚੀ ਹੈ, ਉਹ ਦੇਵਤਿਆਂ ਦੇ ਦੇਵਤੇ ਹਨ, ਰਾਜਿਆਂ ਦੇ ਰਾਜੇ ਹਨ। ਹੇ ਵਾਹਿਗੁਰੂ, ਆਪ ਰਾਜਿਆਂ ਵਿੱਚੋਂ ਰਾਜੇ ਹਨ। ਦੀਨ ਦਇਆਲ ਗਰੀਬ ਨਿਵਾਜਾ, ਦੀਨਾਂ ਨਿਮਾਣਿਆਂ ਦੇ ਉੱਤੇ ਦਇਆ ਕਰਨੀ, ਗਰੀਬਾਂ ਨੂੰ ਨਿਵਾਜਣਾ। ਜੋ ਗਰੀਬ ਲੋਕ ਹਨ, ਜਿਨ੍ਹਾਂ ਨੂੰ ਕੋਈ ਨਹੀਂ ਰੱਖਦਾ, ਪਰਮੇਸ਼ੁਰ ਕਿਰਪਾ ਕਰੇ ਤਾਂ ਉਹਨਾਂ ਗਰੀਬਾਂ ਨੂੰ ਵੀ ਨਿਵਾਜ ਕੇ ਮਾਣ ਮਹੱਤ ਬਖਸ਼ਦਾ। ਇਹੀ ਵਾਹਿਗੁਰੂ ਜੀ ਦੀ ਵੱਡੀ ਵਡਿਆਈ ਹੈ। ਜਿਸ ਨੀਚ ਪੁਰਖ ਨੂੰ, ਜਿਹਨੂੰ ਸਮਾਜ ਵਿੱਚ ਨੀਵਾਂ ਗਿਣਿਆ ਜਾਵੇ, ਉਹਨੂੰ ਕੋਈ ਨਾ ਜਾਣਦਾ ਹੋਵੇ, ਕੁਕਰਮੀ ਹੋਵੇ, ਪਾਪੀ ਹੋਵੇ, ਅਪਰਾਧੀ ਹੋਵੇ, ਪਰ ਜੇ ਉਹ ਸ਼ਰਨ ਆ ਜਾਏ ਪਰਮੇਸ਼ੁਰ ਦੀ, ਜਿਸ ਨੀਚ ਕੋ ਕੋਈ ਨਾ ਜਾਣਤ, ਜਿਸ ਨੂੰ ਕੋਈ ਨਾ ਜਾਣਦਾ ਹੋਵੇ, ਪਰਮੇਸ਼ੁਰ ਦੇ ਨਾਮ ਕਰਕੇ ਉਹਨਾਂ ਨੂੰ ਵੱਡਾ ਮਾਣ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦਾ ਇਹੀ ਬਿਰਧ ਹੈ। ਗਰੀਬਾਂ ਨਿਮਾਣਿਆਂ ਨੂੰ ਦਸਮ ਪਾਤਸ਼ਾਹ ਕਹਿੰਦੇ ਹਨ। ਗਰੀਬ ਸਿੱਖਣ ਕੋ ਦੈਹੋ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਜਿਨ੍ਹਾਂ ਗਰੀਬਾਂ ਨੂੰ ਕੋਈ ਨਾ ਜਾਣਦਾ ਹੋਵੇ, ਉਹਨਾਂ ਨੂੰ ਪਰਮੇਸ਼ੁਰ ਨਿਵਾਜਣ ਵਾਲਾ। ਦੀਨ ਦਇਆਲ ਗਰੀਬ ਨਿਵਾਜਾ, ਦੋਹਰਾ ਮੂੰਹ ਕਿ ਉਚਰੈ ਸ਼ਾਸਤਰ ਖੱਟ, ਪੇ ਕਿਰਨ ਚੜ ਜਾਏ। ਮਹਾਰਾਜ, ਕਦੇ ਗੂੰਗੇ ਬੰਦੇ ਨੇ ਬੋਲਣਾ ਤਾਂ ਕੀ ਹੈ, ਉਹਦੀ ਆਵਾਜ਼ ਵਿੱਚ ਵੀ ਕੰਪ ਕੰਪੀ ਰਹਿੰਦੀ ਹੈ। ਗੂੰਗਾ ਬੰਦਾ, ਮੂਕ ਬੰਦਾ, ਪਰ ਉਹ ਵੇਖਿਆ ਜਾਂਦਾ ਕਿ ਉਹ ਵੀ ਸ਼ਾਸਤਰ ਉਚਾਰਨ ਵਾਲਾ ਬਣ ਜਾਂਦਾ। ਛੇ ਸ਼ਾਸਤਰ ਮੂੰਹ ਕਿ ਉਚਰੈ ਸ਼ਾਸਤਰ ਖੱਟ, ਛੇ ਸ਼ਾਸਤਰਾਂ ਦਾ ਉਚਾਰਨ ਕਰਨ ਵਾਲਾ ਬਣ ਜਾਂਦਾ, ਜਿਹਨੂੰ ਗੂੰਗਾ ਕਿਹਾ ਜਾਂਦਾ ਸੀ। ਇਹ ਕਿਰਪਾ ਵਰਤੀ ਹੈ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਇਆ ਨਾਲ। ਗੂੰਗੇ ਬਹਿਰੇ ਨੂੰ ਗੀਤਾ ਦੇ ਅਰਥ ਕਰਵਾਏ ਮਹਾਰਾਜ ਨੂੰ। ਮੂੰਹ ਕਿ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਜਿਹੜੇ ਪਿੰਗਲੇ ਸਨ ਉਹਨਾਂ ਨੂੰ ਪਹਾੜਾਂ ਦੀ ਉਚਾਈ ਤੱਕ ਲੈ ਜਾਂਦਾ।
ਪਿੰਗਲੇ ਨੂੰ ਕੋਈ ਨਹੀਂ ਸੀ ਜਾਣਦਾ, ਪਰ ਉਹਨੂੰ ਵੀ ਪਰਮੇਸ਼ਰ ਨੇ ਐਸੀ ਮਹਾਨਤਾ ਬਖਸ਼ੀ, ਪ੍ਰੇਮੇ ਘੋੜੀ 'ਤੇ ਹੱਥਾਂ ਪੈਰਾਂ ਦੀਆਂ ਉਂਗਲਾਂ ਝੜ ਗਈਆਂ, ਹੱਥ ਪੈਰ ਵੀ ਝੜ ਰਹੇ ਸੀ, ਕੋਹੜ ਹੋਇਆ ਸੀ, ਤੁਰ ਨਹੀਂ ਸੀ ਸਕਦਾ। ਲੋਕ ਦੂਰੋਂ ਹੀ ਮੱਖੀਆਂ ਭਿਣ ਭਿਣ ਕਰਦੀਆਂ ਸੀ, ਰੋਟੀ ਵੀ ਦੂਰੋਂ ਸੱਟ ਜਾਂਦੇ ਸੀ। ਲੱਕੜ ਦਾ ਭਾਂਡਾ ਜਿਹੜਾ ਸੀ ਉਹਦੇ ਗਲੇ ਵਿੱਚ ਪਾਇਆ ਸੀ, ਨਾ ਉਹਨੂੰ ਕੋਈ ਧੋਂਦਾ, ਨਾ ਉਹਨੂੰ ਕੋਈ ਸਾਫ਼ ਕਰਦਾ, ਅਤੇ ਉਹਦੇ ਵਿੱਚ ਹੀ ਰੋਟੀ। ਪਸ਼ੂ ਨਾਲ ਵੀ ਇਹੋ ਜਿਹਾ ਹਾਲ ਨਹੀਂ ਹੁੰਦਾ, ਜਿਹੋ ਜਿਹੀ ਜ਼ਿੰਦਗੀ ਉਹ ਪਿੰਗਲਾ ਜੀਂਦਾ ਸੀ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੀ ਮਹਿਮਾ ਸੁਣੀ, ਗੁਰੂ ਘਰ 'ਚ ਆ ਗਿਆ ਰਿੜਦਾ ਰਿੜਦਾ, ਅਤੇ ਰੋਜ਼ ਗਾਉਂਦਾ ਸੀ, ਮੇਰਾ ਗਿਆ ਕ ਛੋਟਾ ਲੱਦਾ, ਮੇਰਾ ਗਿਆ ਕ ਛੋਟਾ ਲੱਦਾ। ਐਸੀ ਬਖਸ਼ਿਸ਼ ਹੋਈ ਮਹਾਰਾਜ ਜੀ ਨੇ, ਉਹਦਾ ਗਿਆ ਹੋਇਆ ਸਰੀਰ ਰੂਪੀ ਕ ਛੋਟਾ ਕੱਪੜਾ ਵਾਪਸ ਦੇ ਦਿੱਤਾ, ਪਿੰਗਲੇ ਦੇ ਉੱਤੇ ਵੀ ਦਇਆ ਕਰ ਦਿੱਤੀ। ਮਹਾਰਾਜ ਕਹਿੰਦੇ ਜਿਹੜਾ ਤੁਰ ਨਹੀਂ ਸਕਦਾ, ਜਿਹਨੂੰ ਰਿੜਨਾ ਵੀ ਔਖਾ ਹੈ, ਉੱਠਣਾ ਵੀ ਔਖਾ ਹੈ, ਪਰਮੇਸ਼ੁਰ ਕਿਰਪਾ ਕਰੇ ਤਾਂ ਉਹਨੂੰ ਪਹਾੜ ਦੇ ਉੱਤੇ ਗਿਰਨ, ਪਹਾੜਾਂ ਦੇ ਉੱਤੇ ਚੜ੍ਹਾ ਦਿੰਦਾ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜੇ ਕਾਲ ਪੁਰਖ ਪਰਮੇਸ਼ੁਰ ਕਿਰਪਾ ਕਰ ਦੇਣ ਤਾਂ ਅੰਨੇ ਬੰਦੇ ਨੂੰ ਦੇਖਣ ਲੱਗ ਪੈਂਦਾ, ਅੰਨਿਆਂ ਨੂੰ ਵੀ ਪਰਮੇਸ਼ੁਰ ਰੋਸ਼ਨੀ ਦੇ ਦਿੰਦਾ ਜੇ ਕਰਤਾ ਕਿਰਪਾ ਕਰ। ਬਦਰੋ ਬਹਿਰਾ ਬੰਦਾ ਸੁਣਨ ਲੱਗ ਪੈਂਦਾ, ਉਸ ਬਹਿਰੇ ਬੰਦੇ ਅੰਦਰ ਵੀ ਸ਼ਕਤੀ ਆ ਜਾਂਦੀ ਹੈ, ਜਿਹਦੀ ਸ਼ਕਤੀ ਨਾਲ ਬੰਦਾ ਸੁਣ ਰਿਹਾ, ਜਿਹਦੀ ਸ਼ਕਤੀ ਨਾਲ ਬੰਦਾ ਬੋਲਦਾ ਹੈ, ਉਹ ਪਰਮੇਸ਼ੁਰ ਕਿਰਪਾ ਕਰੇ ਤਾਂ ਬਹਿਰਾ ਬੰਦਾ ਸੁਣ ਸਕਦਾ ਹੈ, ਗੂੰਗਾ ਬੋਲ ਸਕਦਾ ਹੈ, ਪਿੰਗਲਾ ਚੜ੍ਹ ਸਕਦਾ, ਅਤੇ ਅੰਨਾ ਬੰਦਾ ਵੇਖ ਸਕਦਾ। ਚਹੁ ਪਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਪਰਮੇਸ਼ੁਰ ਅੱਗੇ ਬੇਨਤੀ ਹੈ, ਹੇ ਵਾਹਿਗੁਰੂ ਜੀ, ਸਾਡੀ ਬੁੱਧੀ ਭਲਾ ਕੀ ਹੈ ਤੁਹਾਡੇ ਅੱਗੇ? ਸਾਡੀ ਬੁੱਧੀ ਬੜੀ ਤੁਛ ਹੈ, ਵਰਣ ਸਕੈ ਮਹਿਮਾ ਜੋ ਤਿਹਾਰੀ। ਇਸ ਥੋੜ੍ਹੀ ਬੁੱਧੀ ਨਾਲ, ਥੋੜ੍ਹੀ ਸਮਝ ਨਾਲ ਅਸੀਂ ਤੁਹਾਡੀ ਮਹਿਮਾ ਕੀ ਉਚਾਰਨ ਕਰ ਸਕਦੇ ਹਾਂ? ਇਹ ਨਿਮਰਤਾ ਦਾ ਪੱਖ ਹੈ ਖਾਲਸਾ ਜੀ, ਅਤੇ ਨਿਮਰਤਾ ਦੇ ਰੰਗ ਦੇ ਵਿੱਚ ਪਰਮੇਸ਼ੁਰ ਅੱਗੇ ਬੇਨਤੀ ਹੀ ਹੁੰਦੀ ਹੈ। ਹੇ ਮਹਾਰਾਜ, ਵਰਣ ਸਕੈ ਮਹਿਮਾ ਜੋ ਤਿਹਾਰੀ, ਜੋ ਤੁਹਾਡੀ ਮਹਿਮਾ ਉਚਾਰਨ ਕਰ ਸਕੀ, ਵਰਣਨ ਕਰ ਸਕੀ, ਸਾਡੇ ਅੰਦਰ ਕਿੱਥੇ ਹੈ ਐਸੀ ਬੁੱਧੀ? ਹਮ ਨਾ ਸਖਤ ਕਰ ਸਿਫਤ ਤੁਮਾਰੀ, ਸਾਡੇ ਕੋਲ ਸ਼ਕਤੀ ਨਹੀਂ ਹੈ, ਇੰਨੀ ਤਾਕਤ ਆਪਣੀ ਸਮਰੱਥਾ ਨਹੀਂ ਹੈ ਜੋ ਤੁਹਾਡੀ ਮਹਿਮਾ ਉਚਾਰਨ ਕਰ ਸਕੀਏ, ਤੁਹਾਡੀ ਸਿਫਤ ਕਹਿ ਸਕੀਏ। ਆਪ ਲਿਹੋ ਤੁਮ ਕਥਾ ਸੁਧਾਰੀ, ਵੀ ਮਹਾਰਾਜ ਤੁਸੀਂ ਕਿਰਪਾ ਕਰ ਸਕਦੇ, ਸਾਡੇ ਅੰਦਰ ਸ਼ਕਤੀ ਨਹੀਂ, ਆਪਣੀ ਕਿਰਪਾ ਕਰਕੇ ਆਪਣੀ ਕਥਾ, ਆਪਣੇ ਬਚਨ ਆਪ ਸਵਾਰ ਕੇ ਲਿਖਾਓ। ਕਹਾਂ ਲੱਗੈ ਇਹੋ ਕੀਟ ਬਖੰਨ, ਕਿਆ ਐਸਾ ਹੋ ਸਕਦਾ ਹੈ? ਕਿੱਥੇ ਤੱਕ ਇਹ ਜੀਵ ਜੋ ਕੀੜੇ ਦੇ ਸਮਾਨ ਹੈ ਆਪ ਜੀ ਦੇ ਸਾਹਮਣੇ? ਕਹਾਂ ਲੱਗੈ ਇਹੋ ਕੀਟ ਬਖੰਨ, ਇਹ ਜੀਵ ਕੀੜੇ ਦੇ ਸਮਾਨ ਹੈ ਮਹਾਰਾਜ, ਅਤੇ ਜਿਹੜਾ ਇਹ ਹਿਰਦਾ ਆਪ ਬੇਅੰਤ ਰੂਪ ਪਰਮਾਤਮਾ ਦੀ ਕੀ ਸਿਫਤ ਬੇਖਿਆਨ ਕਰ ਸਕੇ? ਮਹਿਮਾ ਤੋਰ ਤੁਹੀ ਪ੍ਰਭ ਜਨ, ਤੁਹਾਡੀ ਮਹਿਮਾ ਹੈ ਮਹਾਰਾਜ ਕੇਵਲ ਅਤੇ ਕੇਵਲ ਇੱਕ ਤੁਸੀਂ ਹੀ ਜਾਣਦੇ ਹੋ। ਪਰਮੇਸ਼ੁਰ ਦੀ ਸਿਫਤ ਕੇਵਲ ਵਾਹਿਗੁਰੂ ਪਰਮੇਸ਼ੁਰ ਆਪ ਹੀ ਜਾਣਦਾ। ਪਿਤਾ ਜਨਮ ਜਿਵੇਂ ਪੂਤ ਨਾ ਪਾਵੈ, ਹੇ ਵਾਹਿਗੁਰੂ ਜਿਵੇਂ ਪਿਤਾ ਦਾ ਜਨਮ ਕਦੋਂ ਹੋਇਆ? ਜਦੋਂ ਪਿਤਾ ਜਨਮੇ ਨੇ, ਪੁੱਤਰ ਨੂੰ ਕੀ ਪਤਾ ਕਿਹੋ ਜਿਹਾ ਮਾਹੌਲ ਸੀ, ਉਹਨੇ ਦੇਖਿਆ ਥੋੜ੍ਹੀ,
ਆਪਾਂ ਆਪਣੇ ਪਿਤਾ ਦੇ ਜਨਮ ਦਾ ਅਤੇ ਪਿਤਾ ਦੇ ਬਚਪਨ ਦੇ ਬਾਰੇ ਅਸੀਂ ਨਹੀਂ ਜਾਣਦੇ। ਸੁਣਿਆ ਸੁਣਾਇਆ ਹੋਰ ਗੱਲ, ਦਾਦੀਆਂ ਤੋਂ, ਤਾਇਆਂ ਚਾਚਿਆਂ ਤਾਇਆਂ ਤੋਂ ਸੁਣਿਆ ਹੋਇਆ ਹੋਰ ਗੱਲਾਂ, ਪਰ ਪਿਤਾ ਦੇ ਜਨਮ ਦੀ ਕਥਾ ਪੁੱਤਰ ਕੀ ਜਾਣੇ। ਪਿਤਾ ਜਨਮ ਜਿਮ ਪੂਤ ਨਾ ਪਾਵੈ, ਕਹਾਂ ਤਵਨ ਕਾ ਭੇਦ ਬਤਾਵੈ। ਹੇ ਵਾਹਿਗੁਰੂ, ਅਸੀਂ ਤੇਰੇ ਤੋਂ ਪੈਦਾ ਹੋਏ, ਤੂੰ ਪਰਮੇਸ਼ਵਰ ਹੈ, ਅਤੇ ਆਪ ਜੀ ਦੇ ਸਰੂਪ ਦਾ ਭੇਤ ਅਸੀਂ ਜੀਵ ਕੀ ਦੱਸ ਸਕਦੇ। ਦਾਵਾ ਕਰਨਾ ਦੁਨੀਆਂ ਦਾ ਕਿਸੇ ਦਾ ਵੀ ਦਾਵਾ ਕਰ ਕੀਤਾ ਹੋਇਆ ਕਿ ਮੈਂ ਰੱਬ ਬਾਰੇ ਜਾਣ ਲਿਆ, ਮਹਾਰਾਜ ਕਹਿੰਦੇ ਜਾਣ ਹੀ ਨਹੀਂ ਸਕਦੇ। ਉਹ ਅਵਿਨਾਸ਼ੀ ਪੁਰਖ ਹੈ। ਅਸੀਂ ਮਾਇਆ ਦੇ ਤਮਾਸ਼ੇ 'ਚੋਂ ਦੇਖਣ ਵਾਲੇ ਸਰੀਰ ਹਾਂ। ਪਰਮਾਤਮਾ ਦਾ ਸਰੂਪ, ਜਿਵੇਂ ਪਿਤਾ ਦਾ ਜਨਮ ਪੁੱਤਰ ਨਹੀਂ ਜਾਣਦਾ, ਪਰਮ ਪਿਤਾ ਅਕਾਲ ਪੁਰਖ ਜੀ ਦਾ ਭੇਤ ਕਿਵੇਂ ਕੋਈ ਦੱਸ ਸਕਦਾ। ਤੁਮਰੀ ਪ੍ਰਭਾ ਤੁਮੈਂ ਬਣ ਆਈ, ਵਾਹਿਗੁਰੂ ਜੀ ਤੁਹਾਡੀ ਜੋ ਵਡਿਆਈ ਹੈ ਇਹ ਤੁਹਾਨੂੰ ਹੀ ਬਣ ਆਉਂਦੀ। ਪਰਮਾਤਮਾ ਜੈਸਾ ਕੋਈ ਦੂਜਾ ਪਰਮਾਤਮਾ ਨਹੀਂ, ਕੇਵਲ ਉਹ ਆਪ ਹੀ। ਉਸਦੀ ਸ਼ੋਭਾ ਦੂਸਰੇ ਤੋਂ ਨਹੀਂ ਹੋ ਸਕਦੀ, ਉਸਨੂੰ ਹੀ ਪਾਉਂਦੀ ਹੈ। ਔਰਨ ਤੇ ਨਹੀਂ ਜਾਤ ਬਤਾਈ, ਹੇ ਮਹਾਰਾਜ ਦੂਜਿਆਂ ਤੋਂ ਦੱਸੀ ਨਹੀਂ ਜਾ ਸਕੀ। ਦੂਜੇ ਆਪ ਜੀ ਦੀ ਮਹਿਮਾ ਨੂੰ ਕੀ ਜਾਣੇ ਕੋਈ। ਤੁਮਰੀ ਕਿਰਪਾ ਤੁਮ ਪ੍ਰਭ ਜਾਨੋ, ਆਪ ਜੀ ਦੀ ਕਿਰਪਾ ਨੂੰ ਵੀ ਤੁਸੀਂ ਹੀ ਜਾਣਦੇ ਹੋ, ਕੋਈ ਦੂਜਾ ਜੀਵ ਨਹੀਂ ਦੱਸ ਸਕਦਾ। ਊਚ ਨੀਚ ਕਾ ਸਖਤ ਬਖਾਨੋ, ਆਪ ਜੀ ਦੇ ਪਰਥਾਏ ਕੋਈ ਜੀਵ ਕਿਵੇਂ ਕੋਈ ਬਖਿਆਨ ਕਰ ਸਕਦਾ। ਕੋਈ ਵੱਡਾ ਛੋਟਾ ਕਿੰਨਾ ਕੁ ਪਰਮੇਸ਼ੁਰ ਹੈ ਉਸਦੇ ਬਾਰੇ ਕੋਈ ਦੂਸਰਾ ਕਿਵੇਂ ਜਾਣੇ। ਸੇਸ਼ ਨਾਗ ਸਿਰ ਸਹਿਸ ਬਣਾਈ, ਜਿਹਨੇ ਆਪਣੇ ਸਿਰ ਦੇ ਉੱਤੇ ਧਰਤੀ ਨੂੰ ਧਾਰਨ ਕੀਤਾ ਹੋਇਆ ਸ਼ੇਸ਼ ਨਾਗ, ਉਹ ਸ਼ੇਸ਼ ਨਾਗ ਨੇ ਆਪਣੇ ਹਜ਼ਾਰਾਂ ਸਿਰ ਬਣਾਏ ਹੋਏ। ਉਹਦੇ ਮਹਾਰਾਜ ਆਪ ਜੀ ਨੇ ਹਜ਼ਾਰ ਸਿਰ ਬਣਾ ਕੇ ਦਿੱਤੇ। ਦਵੈਸ ਹੰਸ ਰਸਨਾ ਸੁਹਾਈ, ਸੱਪ ਦੇ ਇੱਕ ਸਿਰ ਵਿੱਚ ਇੱਕ ਮੂੰਹ ਵਿੱਚ ਦੋ ਜੀਵ ਹੁੰਦੀ, ਹਜ਼ਾਰ ਮੂੰਹ ਵਾਲੇ ਸੱਪ ਦੇ 2000 ਜੀਭਾਂ ਬਣ ਗਈਆਂ। ਉਹ 2000 ਜੀਭਾਂ ਨਾਲ ਆਪ ਜੀ ਦੀ ਮਹਿਮਾ ਨੂੰ ਉਚਾਰਨ ਕਰਦਾ। 2000 ਜੀਭਾਂ ਲੈ ਕਰਕੇ ਰਟਤ ਲੱਗੇ ਅਬ ਨਾਮ ਅਪਾਰਾ, ਆਪ ਜੀ ਦੇ ਨਾਮ ਨੂੰ 2000 ਜੀਭਾਂ ਵਾਲਾ ਸ਼ੇਸ਼ ਨਾਗ ਰਟਣ ਕਰਦਾ, ਜਪਦਾ ਹੈ, ਨਵੇਂ ਨਵੇਂ ਨਾਮ ਰੱਖਦਾ ਹੈ, ਗੋਬਿੰਦ ਮਾਧਵ ਹਰੀ ਕ੍ਰਿਸ਼ਨ ਮੁਰਾਰੀ ਸ਼ਿਆਮ ਲਾਲ ਗੋਵਰਧਨਧਾਰੀ ਮੁਰਲੀਧਰ ਮਨਹਰ, ਅਨੇਕਾਂ ਨਾਮਾਂ ਨੂੰ ਜਪਦਾ। ਜਿਹੜੇ ਨਾਮ ਇਹ ਸੰਸਾਰ 'ਚ ਅਜੇ ਪ੍ਰਚਲਿਤ ਵੀ ਨਹੀਂ, ਅਜੇ ਸੰਸਾਰ 'ਚ ਪ੍ਰਚਲਿਤ ਵੀ ਨਹੀਂ, ਜੋ ਗ੍ਰੰਥਾਂ ਵਿੱਚ ਵੀ ਨਹੀਂ ਲਿਖੇ, ਐਸੇ ਅਨੰਤ ਨਾਮਾਂ ਨੂੰ ਗਾ ਰਿਹਾ। 2000 ਜੀਵਾਂ ਦੁਆਰਾ ਇੱਕ ਸਮੇਂ ਗਾਉਂਦਾ, ਜਦੋਂ ਤੋਂ ਅਨੰਤ ਕਾਲ ਤੋਂ ਸ੍ਰਿਸ਼ਟੀ ਦੀ ਉਤਪੱਤੀ ਹੁੰਦੀ ਹੈ ਉਦੋਂ ਤੋਂ ਜਪ ਰਿਹਾ। ਉਹ ਸ਼ੇਸ਼ ਨਾਗ ਵੀ ਤੁਮਰੋ ਤਉ ਨਾ ਪਾਪ ਤੁਪਾਰਾ, ਆਪ ਦੇ ਅਨੰਤ ਨਾਮਾਂ ਨੂੰ ਗਾ ਕੇ ਉਹ ਵੀ ਤੁਹਾਡਾ ਅੰਤ ਨਹੀਂ ਪਾਉਂਦਾ, ਅਤੇ ਬੰਦੇ ਨੇ ਕੀ ਪਾਉਣਾ। 100 ਸਾਲ ਦੀ ਜ਼ਿੰਦਗੀ ਮਨੁੱਖ ਜੀ ਕੇ ਪਰਮੇਸ਼ੁਰ ਦੇ ਅੰਤ ਨੂੰ ਕੀ ਪਾਏਗਾ। ਅਨੰਤ ਸਮੇਂ ਦੇ ਵਿੱਚ ਰਹਿਣ ਵਾਲਾ, ਬਹੁਤ ਲੰਮਾ ਸਮਾਂ ਰਹਿਣ ਵਾਲਾ ਸ਼ੇਸ਼ ਨਾਗ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਤੁਮਰੀ ਕਿਰਿਆ ਕਹਾਂ ਕੋ ਕਹਿ, ਤੁਹਾਡੀ ਕਿਰਿਆ ਕਿੱਥੇ ਤੱਕ ਕੋਈ ਕਹਿ ਦੇਵੇ, ਕੌਣ ਤੁਹਾਡੀ ਮਹਿਮਾ ਨੂੰ ਜਾਣ ਸਕੇ।
ਸਮਝਤ ਬਾਤ ਉਰਜ ਮਤ ਰਹਿ ਜਿੰਨੀ ਸਮਝਣ ਦੇ ਯਤਨ ਕਰਦਾ ਹੈ ਉਹਨਾਂ ਬੰਦਾ ਉਲਝ ਕੇ ਰਹਿ ਜਾਂਦਾ ਜਿੰਨਾ ਯਤਨ ਕਰੇਗਾ ਉਹਨਾਂ ਉਲਝ ਕੇ ਰਹਿ ਜਾਏ ਪਰਮੇਸ਼ੁਰ ਦੇ ਬਾਰੇ ਕੋਈ ਵੀ ਆਪਣੀ ਸਮਝ ਦੁਆਰਾ ਨਹੀਂ ਸਮਝ ਸਕਦਾ ਮਤੀ ਨਾ ਲਖੈ ਜਿਹੇ ਮਤੀ ਲਖੈ ਜਿਸ ਨੂੰ ਆਪਣੀ ਮਤ ਦੁਆਰਾ ਨਹੀਂ ਜਾਣਿਆ ਜਾ ਸਕਦਾ ਜਿਹਨੂੰ ਗੁਰੂ ਦੀ ਮਤ ਦੁਆਰਾ ਜਾਣਿਆ ਜਾ ਸਕਦਾ ਅਤੇ ਮਤ ਉਸ ਨੂੰ ਕਿਵੇਂ ਸਮਝੇ ਕਿਉਂਕਿ ਉਹ ਮਤ ਨੂੰ ਸਮਝਣ ਵਾਲਾ ਹੈ ਮਤ ਬੁੱਧੀ ਅਕਲ ਉਲਝ ਜਾਂਦੀ ਹੈ ਪਰਮੇਸ਼ੁਰ ਨੂੰ ਸਮਝਣ ਵਾਸਤੇ ਪਰਮੇਸ਼ੁਰ ਮਤ ਨੂੰ ਜਾਣਦਾ ਹੈ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਉਹ ਵੇਖਦਾ ਹੈ ਮਤ ਨੂੰ ਸਾਰੀਆਂ ਦੀ ਮਤ ਸਾਰਿਆਂ ਦੀ ਬੁੱਧੀ ਨੂੰ ਅਕਲ ਨੂੰ ਸਭ ਨੂੰ ਵੇਖ ਪਰ ਸਾਰਿਆਂ ਦੀ ਬੁੱਧੀ ਅਕਲ ਉਸ ਨੂੰ ਵੇਖ ਨਹੀਂ ਸਕਦੀ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਉਹਨਾਂ ਜੀਵਾਂ ਨੂੰ ਬੁੱਧੀ ਵਾਲਿਆਂ ਨੂੰ ਸਮਝ ਵਾਲਿਆਂ ਨੂੰ ਪਰਮੇਸ਼ੁਰ ਦੀ ਸਮਝ ਨਹੀਂ ਆਉਂਦੀ ਸਮਝਦਿਆਂ ਸਮਝਦਿਆਂ ਉਲਝ ਜਾਂਦੇ ਸੂਖਮ ਰੂਪ ਨਾ ਵਰਨਾ ਜਾਈ ਪਰਮੇਸ਼ੁਰ ਕਿੰਨਾ ਕੁ ਸੂਖਮ ਤੋਂ ਸੂਖਮ ਹੈ ਉਹਦੇ ਬਾਰੇ ਵਰਣਨ ਨਹੀਂ ਹੋ ਸਕਦਾ ਬ੍ਰਿਧ ਸਰੂਪ ਹੈ ਕਹੋਂ ਬਣਾਈ ਇਹ ਮਹਾਰਾਜ ਸੂਖਮ ਰੂਪ ਦਾ ਵਰਣਨ ਕੀ ਕੋਈ ਕਰੇ ਕਿ ਪਰਮੇਸ਼ੁਰ ਕਿੰਨਾ ਕੁ ਸੂਖਮ ਬਰੀਕ ਤੋਂ ਬਰੀਕ ਸੂਖਮ ਬੁੱਧੀ ਦੁਆਰਾ ਪਰਮੇਸ਼ੁਰ ਦੀ ਸੂਖਮਤਾ ਨੂੰ ਨਹੀਂ ਜਾਣਿਆ ਜਾ ਸਕਦਾ ਜਿਹੜਾ ਮੋਟਾ ਮੋਟਾ ਬਾਹਰੋਂ ਦਿਸ ਰਿਹਾ ਹੈ ਜਿਹਦੇ ਬਾਰੇ ਜਿਵੇਂ ਆਪਾਂ ਕਹਿੰਦੇ ਨਾ ਬਰੀਕੀ ਵਿੱਚ ਤਾਂ ਨਹੀਂ ਦੱਸ ਸਕਦੇ ਉੱਪਰੋਂ ਉੱਪਰੋਂ ਦੱਸ ਦਿੰਦੇ ਇਹ ਮਹਾਰਾਜ ਬਿਰਧ ਸਰੂਪ ਹੈ ਉੱਪਰੋਂ ਉੱਪਰੋਂ ਬਾਹਰੋਂ ਦੇਖਣ ਵਾਲਾ ਮੋਟੀ ਮੋਟੀ ਗੱਲ ਆਪ ਜੀ ਦੇ ਬਾਰੇ ਅਸੀਂ ਦੱਸ ਸਕਦੇ ਹਾਂ ਜੋ ਦਿਸਦਾ ਹੈ ਸਮਝ ਆ ਆਪ ਜੀ ਦੀ ਸੂਖਮਤਾ ਬਰੀਕੀ ਕੋਈ ਵੀ ਨਹੀਂ ਜਾਣ ਸਕਦਾ ਅਨੰਤ ਰੂਪ ਪਰਮੇਸ਼ੁਰ ਦੀ ਸੂਖਮਤਾ ਸਾਨੂੰ ਜਿੰਨਾ ਕੁ ਸੂਖਮ ਨਜ਼ਰ ਆਉਂਦਾ ਛੋਟੇ ਛੋਟੇ ਕੀਟਾਣੂ ਜੀਵਾਣੂ ਉਸ ਤੋਂ ਵੀ ਸੂਖਮਤਾ ਪਈ ਹੈ ਪਰਮੇਸ਼ੁਰ ਦੇ ਸਰੂਪ ਦੀ ਬਰੀਕੀ ਕੌਣ ਜਾਣ ਸਕੇ ਇੰਨਾ ਬਰੀਕ ਹੈ ਜਿਸ ਦੇ ਬਾਰੇ ਕੋਈ ਵੀ ਸਾਡੇ ਕੋਲ ਅੱਜ ਤੱਕ ਯੰਤਰ ਨਹੀਂ ਬਣੇ ਜਿਹੜੇ ਉਸਦੀ ਬਰੀਕੀ ਨੂੰ ਮਾਪ ਸਕਣ ਐਸੀ ਬਰੀਕ ਸ਼ਕਤੀ ਪਰਮੇਸ਼ੁਰ ਦੀ ਬਾਹਰੀ ਦੱਸਣ ਵਾਲਾ ਬਿਰਧ ਸਰੂਪ ਇਹ ਮਹਾਰਾਜ ਉਸ ਦੇ ਬਾਰੇ ਮੋਟਾ ਮੋਟਾ ਦੱਸ ਸਕਦੇ ਹਾਂ ਥੋੜ੍ਹਾ ਬਹੁਤਾ ਦੱਸ ਸਕਦੇ ਤੁਮਰੀ ਪ੍ਰੇਮ ਭਗਤ ਜਬ ਕਹਿ ਹੋ ਜਦੋਂ ਤੁਹਾਡੀ ਪ੍ਰੇਮਾ ਭਗਤੀ ਨੂੰ ਪਕੜਦੇ ਜਦੋਂ ਪਰਮੇਸ਼ੁਰ ਦਾ ਪ੍ਰੇਮ ਭਾਵ ਹਿਰਦੇ ਵਿੱਚ ਆਉਂਦਾ ਹੈ ਛੋਰ ਕਥਾ ਸਭ ਹੀ ਤਬ ਕਹਿ ਹੋ ਤਾਂ ਬਾਕੀ ਸਾਰੀ ਕਥਾ ਛੋਰ ਸ਼ੁਰੂ ਤੋਂ ਛੋਰ ਨਾਮ ਕਿਨਾਰੇ ਤੋਂ ਇੱਕ ਪਾਸਿਓਂ ਕਿਨਾਰੇ ਤੋਂ ਇੱਕ ਗੱਲ ਤੁਹਾਡੀ ਸਾਰੀ ਕਥਾ ਅਸੀਂ ਕਹਿੰਦੇ ਆਬ ਮੈਂ ਕਹੋ ਸੋ ਆਪਣੀ ਕਥਾ ਹੇ ਮਹਾਰਾਜ ਆਪ ਜੀ ਦੇ ਪ੍ਰਥਾਏ ਆਪ ਜੀ ਦੀ ਬੇਅੰਤ ਸ਼ਕਤੀ ਕਾਲ ਸਰੂਪ ਨੇ ਜੋ ਜੋ ਕੀਤਾ ਉਸ ਦੇ ਬਾਰੇ ਮੈਂ ਅੱਗੇ ਚੱਲ ਕੇ ਕਿਨਾਰੇ ਤੋਂ ਗੱਲ ਸ਼ੁਰੂ ਕਰਾਂਗਾ ਪਰ ਹੁਣ ਮੈਂ ਆਪਣੀ ਕਥਾ ਕਹਿਣ ਲੱਗਾ ਅਬ ਮੈਂ ਕਹੋ ਸੋ ਆਪਣੀ ਕਥਾ ਸੋਢੀ ਬੰਸ ਉਪਜਿਆ ਜਥਾ ਪਰਮੇਸ਼ੁਰ ਦੀ ਸਿਫਤ ਕਰਨੀ ਹੈ ਬੇਅੰਤ ਰੂਪ ਵਿੱਚ ਪਹਿਲਾਂ ਕਾਲ ਪੁਰਖ ਦੀ ਉਸਤਤ ਕਰ ਦਿੱਤੀ ਹੈ ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਦੀ ਬਾਣੀ ਆਈ ਅਕਾਲ ਉਸਤਤ ਦੀ ਬਾਣੀ ਤੋਂ ਬਾਅਦ ਬਚਿੱਤਰ ਨਾਟਕ ਦੇ ਪਹਿਲੇ ਅਧਿਆਏ ਵਿੱਚ ਕਾਲ ਪੁਰਖ ਦੀ ਉਸਤਤ ਹੈ ਸਾਰੀ ਵੀ ਕਾਲ ਕਿਸੇ ਨੂੰ ਨਹੀਂ ਛੱਡਦਾ ਸਾਰਿਆਂ ਨੂੰ ਖਾ ਜਾਂਦਾ
ਹੁਣ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਤੁਹਾਡੇ ਸਰੂਪ ਨੇ ਜੋ ਜੋ ਅਵਤਾਰ ਧਾਰੇ, ਜੋ ਜੋ ਲੀਲਾ ਕੀਤੀ ਹੈ, ਆਪ ਜੀ ਦੇ ਵੀਰ ਰਸੀ ਜੰਗ ਯੁੱਧ ਦੀ ਕਥਾ ਅੱਗੇ ਦੱਸਾਂ, ਅੰਤ ਉਹਦਾ ਵੀ ਨਹੀਂ ਪੈਂਦਾ, ਉਹ ਵੀ ਬਿਰਧ ਸਰੂਪ ਵਿੱਚ ਮੋਟੀ ਮੋਟੀਆਂ ਗੱਲਾਂ, ਅੰਤ ਨਹੀਂ ਪੈਂਦਾ। ਪਰ ਹੁਣ ਮੈਂ ਇੱਥੇ ਆਪਣਾ ਪ੍ਰਸੰਗ ਦੱਸਣਾ ਚਾਹੁੰਦਾ, ਜਿਸ ਪ੍ਰਕਾਰ ਸੋਢੀ ਬੰਸ਼ ਪੈਦਾ ਹੋਇਆ। ਜਦੋਂ ਆਪਾਂ ਸੁਣਦੇ ਨਾ, ਬੈਠਾ ਸੋਢੀ ਪਾਤਸ਼ਾਹ ਰਾਮ ਦਾ ਸਤਿਗੁਰੂ ਕਹਾਵੇ, ਸੋਢੀ ਬੰਸ਼ ਕਿਵੇਂ ਪ੍ਰਗਟ ਹੋਇਆ ਉਸ ਦੇ ਬਾਰੇ ਸੂਕਸ਼ਮ ਜੇ ਰੂਪ ਵਿੱਚ, ਸੰਖੇਪ ਜੇ ਰੂਪ ਵਿੱਚ ਵਰਣਨ ਕਰਾਂਗੇ। ਦੋਹਰਾ ਪ੍ਰਥਮ ਕਥਾ ਸੰਖੇਪ ਤੇ ਕਹੋ ਸਵਿਤ ਚਿਤ ਲਾਏ। ਮਹਾਰਾਜ ਕਹਿੰਦੇ ਪਹਿਲਾਂ ਕਥਾ ਸੰਖੇਪ ਜੇ ਮਾਤਰ ਵਿੱਚ ਬੜਾ ਚਿੱਤ ਲਾ ਕੇ, ਧਿਆਨ ਲਾ ਕੇ ਇਹ ਕਥਾ ਉਚਾਰਨ ਕਰਦੇ ਹਾਂ। ਪਹਿਲਾਂ ਸੰਖੇਪ ਜੇ ਮਾਤਰ ਵਿੱਚ ਦੱਸ ਦਈਏ, ਬਹੁਰ ਵੱਡੋ ਵਿਸਥਾਰ ਕੈ ਕਹੋ ਸਭੈ ਸੁਣਾਏ, ਫਿਰ ਸਾਰੀ ਗੱਲ ਵਿਸਥਾਰ ਦੇ ਸਹਿਤ ਸਾਰਿਆਂ ਨੂੰ ਸੁਣਾ ਕੇ ਦੱਸਾਂਗੇ। ਚੌਪਈ ਪ੍ਰਥਮ ਕਾਲ ਜਬ ਕਰਾ ਪਸਾਰਾ, ਜਦੋਂ ਪਹਿਲਾਂ ਕਾਲ ਨੇ ਪਸਾਰਾ ਕੀਤਾ। ਵੈਸੇ ਕਾਲ ਦੇ ਪਸਾਰੇ ਦਾ ਕੋਈ ਅੰਤ ਨਹੀਂ ਹੈ, ਪਰ ਉਸ ਪਸਾਰੇ ਦੇ ਵਿੱਚੋਂ ਸ਼ੁਰੂਆਤ ਕਦੋਂ ਹੁੰਦੀ ਹੈ? ਓਅੰਕਾਰ ਤੇ ਸ੍ਰਿਸ਼ਟੀ ਉਪਾਰਾ। ਓਅੰਕਾਰ ਧੁਨੀ ਪਰਮੇਸ਼ਰ ਦਾ ਸਰੂਪ ਹੈ, ਉਸ ਦੇ ਵਿੱਚੋਂ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ। ਉਸ ਸ੍ਰਿਸ਼ਟੀ ਦੀ ਉਤਪੱਤੀ ਦੇ ਵਿੱਚ ਵੱਖਰੇ ਵੱਖਰੇ ਰਾਜੇ ਹੋਏ, ਉਹਨਾਂ ਵਿੱਚੋਂ ਅਨੰਤ ਰਾਜੇ ਸ੍ਰਿਸ਼ਟੀ ਦੇ ਵਿੱਚ ਬਣੇ। ਉਹਨਾਂ ਵਿੱਚੋਂ ਮਹਾਰਾਜ ਸਾਹਿਬ ਜੀ ਚਾਰ ਰਾਜਿਆਂ ਦੇ ਬਾਰੇ ਜ਼ਿਕਰ ਕੀਤਾ ਹੈ। ਉਹ ਸਾਰੇ ਕੌਣ ਹਨ? ਹੈ ਤਾਂ ਉਹ ਕਾਲ ਦੀ ਖੇਡ ਹੈ ਸਾਰੀ। ਕਾਲ ਸੈਣ ਪ੍ਰਥਮੈ ਭਇਓ ਭੁੱਪਾ, ਪਹਿਲਾ ਰਾਜਾ ਹੋਇਆ ਕਾਲ ਸੈਣ। ਇੱਥੇ ਪਹਿਲੇ ਦਾ ਅਰਥ ਇਹ ਨਹੀਂ ਹੈ, ਪਸਾਰੇ ਕਈ ਵਾਰ ਪਸਰੇ ਨੇ, ਪਸਾਰੇ ਕਈ ਵਾਰ ਪਸਰੇ ਨੇ। ਉਹਨਾਂ ਵਿੱਚੋਂ ਇੱਕ ਰਾਜਿਆਂ ਦੀ ਜਦੋਂ ਰਾਜਸੀ ਬਿਰਤੀ ਆਰੰਭ ਹੁੰਦੀ ਹੈ, ਜਦੋਂ ਸਮਾਜ ਦੀ ਸਮਾਜ ਨਿਰਮਿਤ ਹੁੰਦਾ ਤਾਂ ਹੀ ਰਾਜੇ ਬਣਦੇ ਨੇ। ਉਹਦੇ ਵਿੱਚੋਂ ਇੱਕ ਸਮੇਂ ਦਾ ਜ਼ਿਕਰ ਕੀਤਾ, ਵਿਆਪਕਤਾ ਨਹੀਂ ਹੈ ਇਹਦੇ ਵਿੱਚ, ਇੱਕ ਹਿੱਸਾ ਹੈ। ਕਾਲ ਸੈਣ ਉਹਨਾਂ ਵਿੱਚੋਂ ਇੱਕ ਸਮੇਂ ਰਾਜਾ ਹੋਇਆ। ਅਧਿਕ ਅਤੁਲ ਬਲ ਸਰੂਪ ਅਨੁਪਾ, ਬਹੁਤ ਜ਼ਿਆਦਾ ਅਤੁਲਿਆ ਬਲ, ਜਿਹਦੇ ਬਲ ਨੂੰ ਤੋਲ ਨਹੀਂ ਸਕਦੇ, ਸੋਹਣੇ ਰੂਪ ਵਾਲਾ, ਅਨੁਪਮ ਜਿਹਦੀ ਉਪਮਾ ਨਾ ਬਿਆਨ ਹੋ ਸਕੇ, ਐਸਾ ਸੋਹਣਾ ਰਾਜਾ ਸੀ, ਬਲ ਵਾਲਾ ਰਾਜਾ ਸੀ। ਕਾਲ ਕੇਤ ਦੂਸਰ ਭੂ ਭਇਓ, ਦੂਜੇ ਰਾਜੇ ਦਾ ਨਾਮ ਕਾਲ ਕੇਤ। ਕਰੂਰ ਵਰਸ ਤੀਸਰ ਜਗ ਠਇਓ, ਤੀਸਰੇ ਦਾ ਨਾਮ ਕਰੂਰ ਭਿਆਨਕ ਰੂਪ ਵਰਸਣ ਵਾਲਾ। ਕਾਲ ਧੁਜ ਚਤੁਰਥ ਨ੍ਰਿਪ ਸੋ ਹੈ, ਚੌਥੇ ਦਾ ਨਾਮ ਕਾਲ ਧੁਜ, ਜੋ ਰਾਜਾ ਸੀ ਸ਼ੋਭਦਾ ਸੀ। ਚੌਥਾ ਜਿਹ ਤੇ ਭਇਓ ਜਗਤ ਸਭ ਕੋ ਹੈ, ਜਿਹਦੇ ਤੋਂ ਸਾਰਾ ਜਗਤ ਬਣਿਆ। ਕਿ ਹੁਣ ਇਹ ਸਾਰੇ ਜੋ ਚਾਰ ਰਾਜਿਆਂ ਦੀ ਗੱਲ ਕੀਤੀ ਹੈ, ਇਹ ਔਰ ਕੋਈ ਨਹੀਂ ਕਾਲ ਦੀ ਹੀ ਉਪਮਾ ਹੈ ਕਿ ਕਾਲ ਸੈਣ ਜੋ ਸਮੇਂ ਦੇ ਵਿੱਚ ਲੀਨ ਰਹਿਣ ਵਾਲਾ, ਅਤੇ ਕਾਲ ਕੇਤ ਜਿਸ ਦਾ ਨਾਮ ਕਾਲ ਦਾ ਨਿਸ਼ਾਨ ਹੈ, ਭਿਆਨਕਤਾ ਦਾ ਰੂਪ। ਚੌਥਾ ਕਾਲ ਦਾ ਨਿਸ਼ਾਨ ਕਾਲ ਧੁਜ। ਇਹ ਚਾਰ ਰਾਜੇ ਜਿਹੜੇ ਨੇ ਜਿਨ੍ਹਾਂ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ, ਅੱਗੇ ਰਾਜਿਆਂ ਦਾ ਰਾਜ ਵਧਿਆ, ਸੰਪੱਤੀ ਵਧੀ ਹੈ। ਐਸੇ ਚਾਰ ਰਾਜੇ ਸੰਸਾਰ ਦੇ ਇੱਕ ਸਮੇਂ ਵਿੱਚ ਹੋਏ। ਸਹਿਸ ਰਾਜ ਜਾਂ ਕੇਸ਼ਵ ਸੋ ਹੈ, ਜਿਨ੍ਹਾਂ ਦੇ
ਸਾਰੀਆਂ ਫੌਜਾਂ ਜਿਨ੍ਹਾਂ ਦੀ ਵਡਿਆਈ ਸੈਂਸ ਰਾਜ ਜਿਨ੍ਹਾਂ ਦੇ ਕੋਲ ਸ਼ੋਭ ਰਹੇ ਸਹਿਸ ਪਾਦ ਜਾ ਕੇ ਤਨ ਮੋਹ ਹੈ ਫਿਰ ਉਹਨਾਂ ਵਿੱਚੋਂ ਕਾਲ ਧੁਜ ਦੇ ਵਿੱਚੋਂ ਸਹਿਸ ਪਾਦ ਹਜ਼ਾਰਾਂ ਚਰਨਾਂ ਵਾਲੇ ਜਿਸ ਦੇ ਸਰੀਰ ਵਿੱਚ ਹਨ ਯਾਨੀ ਹਜ਼ਾਰਾਂ ਹੀ ਨੇਤਰ ਹਜ਼ਾਰਾਂ ਹੀ ਚਰਨ ਜਿਸ ਦੇ ਹਨ ਸ਼ੇਖ ਨਾਗ ਪਰ ਸੋਏ ਬੋ ਕਰੈ ਉਸ ਕਾਲ ਦੇ ਵਿੱਚੋਂ ਪੈਦਾ ਹੋਣ ਵਾਲਾ ਸ਼ੇਸ਼ ਨਾਗ ਉੱਤੇ ਸੌਣ ਵਾਲਾ ਸ਼ੇਸ਼ ਨਾਗ ਕੌਣ ਹੋਇਆ ਸ਼ੇਸ਼ ਨਾਗ ਜਿਨ ਦੀ ਸਿਫਤ ਆਪਾਂ ਹੁਣ ਸੁਣੀ ਹੈ ਵੀ ਸ਼ੇਸ਼ ਨਾਗ ਪਰਮੇਸ਼ਰ ਦੀ ਸਿਫਤ ਕਰਦਾ ਹੈ ਉਹ ਸ਼ੇਸ਼ ਨਾਗ ਉੱਤੇ ਸੌਣ ਵਾਲਾ ਹੁਣ ਖਾਲਸਾ ਜੀ ਸ਼ੇਸ਼ ਨਾਗ ਦਾ ਅਰਥ ਵੀ ਇੱਥੋਂ ਅਰਥ ਸਾਬਤ ਹੁੰਦਾ ਸ਼ੇਸ਼ ਨਾਮ ਹੈ ਬਾਕੀ ਦਾ ਜਿਵੇਂ ਆਪਾਂ ਕਹਿੰਦੇ ਹਾਂ ਸ਼ੇਸ਼ ਬਚਿਆ ਬਾਕੀ ਬਚਿਆ ਘਟਾ ਵਧਾਉਣ ਤੋਂ ਬਾਅਦ ਆਪਾਂ ਕਹਿੰਦੇ ਹਾਂ ਸ਼ੇਸ਼ ਰਕਮ ਬਾਕੀ ਬਚੀ ਹੋਈ ਸੰਸਾਰ ਦੇ ਕਾਲ ਪੁਰਖ ਜਿਹੜਾ ਕਾਲ ਧੁਜ ਹੈ ਉਸ ਰਾਜੇ ਕਾਲ ਧੁਜ ਦੇ ਵਿੱਚ ਯਾਨੀ ਇੱਥੇ ਕਾਲ ਦੀ ਮਹਿਮਾ ਹੋ ਰਹੀ ਹੈ ਚੌਹਾਂ ਕੁੰਟਾਂ ਵਿੱਚ ਵਸਣ ਵਾਲਾ ਕਾਲ ਉਹਦਾ ਹੀ ਨਾਮ ਹੈ ਕਾਲ ਸੈਣ ਕਾਲ ਕੇਤ ਕਰੂਰ ਵਰਸ ਕਾਲ ਧੁਜ ਇਹ ਕਾਲ ਪੁਰਖ ਦੇ ਨਾਮ ਇਹ ਰਾਜੇ ਹਨ ਚਾਰ ਪਾਸੇ ਅਤੇ ਉਹਨਾਂ ਵਿੱਚੋਂ ਸ਼ੇਸ਼ ਨਾਗ ਬਾਕੀ ਰਹਿਣ ਵਾਲਾ ਜਦੋਂ ਸ੍ਰਿਸ਼ਟੀ ਸਮਾਪਤ ਹੋ ਜਾਂਦੀ ਹੈ ਉਦੋਂ ਵੀ ਜੋ ਬਚਦਾ ਹੈ ਉਹ ਹੈ ਸ਼ੇਸ਼ ਨਾਗ ਬਾਕੀ ਬਚਣ ਵਾਲਾ ਸਰੂਪ ਉਹਦੇ ਉੱਤੇ ਸੌਣ ਵਾਲਾ ਉਹਦੇ ਉੱਤੇ ਵਿਰਾਜਣ ਵਾਲਾ ਯਾਨੀ ਦੁਨੀਆ ਨੂੰ ਲੀਨ ਕਰਕੇ ਜੋ ਬਚਦਾ ਹੈ ਜੋ ਉਸ ਦੇ ਉੱਤੇ ਬੈਠਾ ਹੈ ਵਿਰਾਜਮਾਨ ਹੈ ਉਹ ਹੈ ਜਗਤੇ ਸੇਖ ਸਾਏ ਉੱਚਰੈ ਜਗਤ ਉਸਨੂੰ ਸ਼ੇਖ ਸਾਏ ਉਚਾਰਨ ਕਰਦਾ ਹੈ ਜੋ ਕਾਲ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ ਆਪਣੇ ਵਿੱਚ ਲੀਨ ਕਰਦਾ ਉਸ ਸ਼ੇਖ ਸਾਏ ਪਰਮੇਸ਼ਰ ਨੇ ਜੋ ਪਰਮੇਸ਼ਰ ਦਾ ਸਰੂਪ ਹੈ ਕਾਲ ਧੁਜ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਕਾਲ ਦੇ ਵਿੱਚ ਜੋ ਦਿਸਦਾ ਹੈ ਇੱਕ ਅਕਾਲ ਰੂਪ ਹੈ ਪਰਮੇਸ਼ਰ ਉਸੇ ਵਿੱਚੋਂ ਹੀ ਕਾਲ ਦਾ ਰੂਪ ਜਦੋਂ ਸ੍ਰਿਸ਼ਟੀ ਬਣਦੀ ਹੈ ਉਦੋਂ ਕਾਲ ਦੇ ਅੰਦਰ ਸ਼ੇਸ਼ ਨਾਗ ਦੀ ਸਈਆ ਉੱਤੇ ਸੌਣ ਵਾਲਾ ਉਹ ਪਰਮੇਸ਼ਰ ਸੇਖ ਸਾਹਿਬ ਹੈ ਉਸ ਪਰਮੇਸ਼ਰ ਨੇ ਸੇਖ ਸਾਏ ਰੂਪ ਨੇ ਏਕ ਸ਼੍ਰਵਣ ਅਤੇ ਮੈਲ ਨਿਕਾਰ ਜੋ ਕਾਲ ਦੇ ਅੰਦਰ ਪਰਮੇਸ਼ਰ ਦਾ ਸਰੂਪ ਹੈ ਉਸਨੇ ਆਪਣੇ ਕੰਨ ਦੇ ਵਿੱਚੋਂ ਇੱਕ ਕੰਨ 'ਚੋਂ ਜਦੋਂ ਮੈਲ ਕੱਢੀ ਤਾਂ ਤੇ ਮਦ ਕੀਟਵ ਤਨ ਧਾਰਾ ਕੰਨ ਦੀ ਮੈਲ ਜੋ ਅਗਿਆਨਤਾ ਹੈ ਅਗਿਆਨਤਾ ਦਾ ਨਾਮ ਹੈ ਨਾ ਕੰਨ ਦੀ ਮੈਲ ਉਸ ਦੇ ਵਿੱਚੋਂ ਮਦ ਕੀਟਵ ਦੈਂਤ ਪੈਦਾ ਹੋਏ ਦੁਤੀਯ ਕੰਨ ਤੇ ਮੈਲ ਨਿਕਾਰੀ ਦਵੈਤ ਰੂਪੀ ਅਗਿਆਨਤਾ ਜਦੋਂ ਨਿਕਲਦੀ ਹੈ ਤਾਂ ਤੇ ਭਈ ਸ੍ਰਿਸ਼ਟੇ ਸਾਰੀ ਉਸ ਦਵੈਸ਼ ਰੂਪੀ ਅਗਿਆਨਤਾ 'ਚੋਂ ਮੈਂ ਤੂੰ ਇਹ ਉਹ ਆਪਣਾ ਬਗਾਨਾ ਰੂਪੀ ਸੰਸਾਰ ਪੈਦਾ ਹੋਇਆ ਹੈ ਤਿੰਨ ਕੋ ਕਾਲ ਬਹੁਰ ਵੱਧ ਕਰਾ ਸਮਾਂ ਆਇਆ ਕਿ ਉਹਨਾਂ ਮਦ ਕੈਟਵ ਦੈਂਤ ਦਾ ਕਾਲ ਪੁਰਖ ਨੇ ਸਮੇਂ ਨੇ ਅੰਤ ਕਰ ਦਿੱਤਾ ਸਮਾਂ ਉਹ ਵੀ ਬਣਿਆ ਕਿ ਮਦ ਕੈਟਵ ਦੈਂਤ ਆਦਿਕ ਵੀ ਮਾਰੇ ਗਏ ਉਹਨਾਂ ਦੇ ਜੰਗ ਦੀ ਕਥਾ ਅੱਗੇ ਦਸਵੇਂ ਪਾਤਸ਼ਾਹ ਨੇ ਲਿਖੀ ਹੈ ਕਿ ਆਏ ਹੀ ਚੰਡੀ ਚਰਿੱਤਰ ਵਿੱਚ ਕਿਵੇਂ ਮਾਰੇ ਪਰ ਜਦੋਂ ਮਾਰੇ ਨਾ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਉਹਨਾਂ ਦਾ ਅੰਤ ਕੀਤਾ ਸੀ ਉਹਨਾਂ ਨੇ ਆਖਿਆ ਸੀ ਵੀ ਜੇ ਸਾਨੂੰ ਮਾਰਨਾ ਤਾਂ ਹੇ ਭਗਵਾਨ
ਆਪਣੇ ਪੱਟਾਂ ਜਿੱਥੇ ਜਲ ਨਾ ਹੋਵੇ ਉੱਥੇ ਸਾਡਾ ਅੰਤ ਕਰਿਓ। ਸਾਰੇ ਪਾਸੇ ਪਾਣੀ ਸੀ, ਭਗਵਾਨ ਨੇ ਆਪਣੇ ਪੱਟਾਂ ਉੱਤੇ ਰੱਖ ਕੇ ਉਹਨਾਂ ਦੇ ਅੰਤਾਂ ਨੂੰ ਮਾਰਿਆ, ਉਹਨਾਂ ਦੀ ਜੋਤ ਆਪਣੇ ਵਿੱਚ ਲੀਨ ਕਰ ਲਈ। ਤਿੰਨ ਕੋ ਮੇਧ ਸਮੋਦਮੋ ਪਰਾ, ਜਦੋਂ ਕਾਲ ਨੇ ਉਹਨਾਂ ਨੂੰ ਮਾਰਿਆ ਪਰਮੇਸ਼ਰ ਨੇ, ਤਾਂ ਉਹਨਾਂ ਦਾ ਮੇਧ, ਉਹਨਾਂ ਦਾ ਮਿਜ ਸਮੁੰਦਰ ਦੇ ਵਿੱਚ ਪਿਆ, ਪਾਣੀ ਦੇ ਵਿੱਚ। ਚਿਕਨ ਤਾਸ ਜਲ ਪਰ ਧਿਰ ਰਹੀ, ਉਹਨਾਂ ਦੀ ਚਿਕਨਾਹਟ ਜਿਹੜੀ ਉਹਨਾਂ ਦੀ ਮੇਧਾ, ਉਹਨਾਂ ਦਾ ਮਿਜ ਸੀ, ਚਮੜੀ ਸੀ, ਖੂਨ ਦਾ ਹਿੱਸਾ ਸੀ, ਉਹ ਪਾਣੀ ਉੱਤੇ ਤੈਰਦੀ ਰਹੀ। ਮੇਧਾ ਨਾਮ ਤਵੈ ਤੇ ਕਹੀ, ਜਦੋਂ ਉਹਨਾਂ ਦਾ ਮਿਜ ਸਮੁੰਦਰ ਉੱਤੇ ਤੈਰਦਾ ਰਿਹਾ, ਸਮੁੰਦਰ ਉੱਤੇ ਤੈਰਨ ਵਾਲੀ ਮੇਜਾ ਨੂੰ ਹੀ ਮੇਧਾ ਆਖਿਆ ਗਿਆ। ਉਹ ਮੇਧਾ ਧਰਤੀ ਦਾ ਨਾਮ ਹੈ। ਦੈਂਤਾਂ ਦੇ ਅੰਤ ਤੋਂ ਬਾਅਦ ਜਿਹੜੀ ਚਿਕਨਾਹਟ ਬਣੀ, ਉਹੋ ਹੀ ਧਰਤੀ ਦਾ ਰੂਪ ਬਣੀ। ਹੁਣ ਇੱਥੋਂ ਇੱਕ ਵਾਚਕ ਹੈ, ਪ੍ਰਤੀਕ ਹੈ ਕਿ ਪਰਮੇਸ਼ਰ ਦੈਂਤ ਨੂੰ ਮਾਰ ਕੇ ਧਰਤੀ ਦੀ ਰੱਖਿਆ ਕਰ ਰਿਹਾ, ਧਰਤੀ ਬਣਾ ਰਿਹਾ। ਦੈਂਤ ਕੀ ਹੈ? ਮਾੜੀ ਬਿਰਤੀ, ਕੁਕਰਮ ਪ੍ਰਵਿਰਤੀ, ਜੋ ਦੂਜਿਆਂ ਨੂੰ ਦੁਖੀ ਕਰਨ ਵਾਲੀ ਬਿਰਤੀ ਹੈ, ਹੰਕਾਰ ਦੀ ਪ੍ਰਵਿਰਤੀ ਹੈ, ਉਹਨੂੰ ਮਾਰ ਕੇ ਪਰਮੇਸ਼ਰ ਸ੍ਰਿਸ਼ਟੀ ਬਣਾਉਂਦਾ। ਯਾਨੀ ਇਹ ਸ੍ਰਿਸ਼ਟੀ ਹੰਕਾਰੀਆਂ ਦੈਂਤਾਂ ਨੂੰ ਮਾਰ ਕੇ ਪਰਮੇਸ਼ਰ ਨੇ ਸਾਜੀ। ਹੁਣ ਦੈਂਤ ਦੇਵਤੇ ਦਾ ਅਰਥ ਕਰਦੇ ਦਸਵੇਂ ਪਾਤਸ਼ਾਹ, ਸਾਧ ਕਰਮ ਜੇ ਪੁਰਖ ਕਮਾਵੇ, ਸਾਧ ਨਾਮ ਭਲੇ ਦਾ, ਜਿਹੜਾ ਭਲਾ ਕਰਮ ਜੋ ਕੋਈ ਪੁਰਖ ਕਮਾਉਂਦਾ ਹੈ, ਨਾਮ ਦੇਵਤਾ ਜਗਤ ਕਹਾਵੇ। ਜਿਹੜਾ ਪੁਰਖ ਭਲੇ ਕਰਮ ਕਮਾਏਗਾ ਉਹਨੂੰ ਦੁਨੀਆਂ ਵਿੱਚ ਦੇਵਤਾ ਆਖਿਆ ਜਾਵੇ। ਦੇਵਤਾ ਕੋਈ ਵੱਖਰਾ ਨਹੀਂ ਬੈਠਾ, ਵੈਸੇ ਦੇਵਤੇ ਦਾ ਅਰਥ ਹੁੰਦਾ ਪ੍ਰਕਾਸ਼ਕ, ਅੰਨ ਪ੍ਰਕਾਸ਼ਕ ਹੈ, ਜਲ ਪ੍ਰਕਾਸ਼ਕ ਹੈ, ਚੰਗੀ ਪ੍ਰਵਿਰਤੀਆਂ ਜੋ ਸੁੱਖ ਦਿੰਦੀਆਂ ਨੇ ਉਹਨਾਂ ਨੂੰ ਪ੍ਰਕਾਸ਼ਕ ਕਿਹਾ ਜਾਂਦਾ, ਦੇਵਤਾ ਆਖਿਆ ਜਾਂਦਾ। ਕੁਕ੍ਰਿਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਿੰਨ ਕੋ ਸਭ ਧਰਹੀ। ਜਿਹੜੇ ਮਾੜੇ ਕਰਮ ਕਰਦੇ ਨੇ ਸੰਸਾਰ ਵਿੱਚ, ਉਹਨਾਂ ਨੂੰ ਹੀ ਅਸੁਰ ਨਾਮ ਕਿਹਾ ਜਾਂਦਾ, ਉਹ ਰਾਕਸ਼ਸ ਨਾਮ ਵਾਲੇ ਗਿਣੇ ਜਾਂਦੇ। ਦੁਨੀਆਂ ਦੇ ਵਿੱਚ ਦੋਵੇਂ ਤਰ੍ਹਾਂ ਦੇ ਲੋਕ ਪੈਦਾ ਹੋਣ ਲੱਗ ਪਏ, ਦੇਵਤੇ ਵੀ ਦੈਂਤ ਵੀ। ਬਹੁਤ ਵਿਸਥਾਰ ਕਹਾਂ ਲੱਗਾ ਬਖਾਨੀਅਤ, ਬੜਾ ਵਿਸਥਾਰ ਹੋਇਆ, ਅੱਜ ਤੱਕ ਨਹੀਂ ਅਨੰਤ ਵਾਰੀ, ਬੜਾ ਲੰਮਾ ਸਮਾਂ, ਬੜੇ ਬੜੇ ਰਾਜੇ ਸੰਸਾਰ 'ਚ ਹੋਏ, ਚੰਗੇ ਵੀ ਹੋਏ, ਮਾੜੇ ਵੀ ਹੋਏ, ਕਿੱਥੋਂ ਤੱਕ ਦਾ ਬਖਿਆਨ ਕਰੀਏ। ਗ੍ਰੰਥ ਪੜ੍ਹਨ 'ਤੇ ਅਤ ਡਰ ਮਾਨੀਅਤ, ਜੇ ਉਹਨਾਂ ਦੀ ਕਥਾ ਲਿਖੀਏ ਤਾਂ ਬੜਾ ਵੱਡਾ ਗ੍ਰੰਥ ਵੱਧ ਜਾਂਦਾ, ਅਤੇ ਅਸੀਂ ਨਹੀਂ ਚਾਹੁੰਦੇ ਕਿ ਇੰਨਾ ਵਿਸਥਾਰ ਨਾਲ ਲਿਖਿਆ ਜਾਵੇ। ਪਰਮੇਸ਼ਰ ਦੀ ਸਿਫਤ ਲਿਖਣੀ ਹੈ, ਰਾਜਿਆਂ ਦੀ ਕਥਾਵਾਂ ਨੇ ਇੰਨੀਆਂ ਲਿਖਣੀਆਂ। ਤਿੰਨ ਤੇ ਹੋਤ ਬਹੁਰ ਨਿਰਪ ਆਏ, ਉਹਨਾਂ ਵਿੱਚੋਂ ਬੜੇ ਬੜੇ ਰਾਜੇ ਸੰਸਾਰ ਵਿੱਚ ਹੁੰਦੇ ਰਹੇ। ਦਛ ਪ੍ਰਜਾਪਤ ਜਿਨ ਉਪਜਾਏ, ਜਿਹੜੇ ਦਕਸ਼ ਵਰਗੇ ਪ੍ਰਜਾਪਤੀ ਜੈਸੇ ਜਿਸ ਸਮੇਂ ਪੈਦਾ ਹੋਏ, ਇਸ ਸੰਸਾਰ ਵਿੱਚ ਕੈਸੇ ਕੈਸੇ ਰਾਜੇ ਹੋਏ। ਹੁਣ ਉਹਨਾਂ ਰਾਜਿਆਂ ਦੇ ਬਾਰੇ ਮਹਾਰਾਜ ਕਲਗੀਧਰ ਪਾਤਸ਼ਾਹ ਸੂਖਸ਼ਮ ਦੇ ਰੂਪ ਵਿੱਚ ਦੱਸਣਗੇ, ਜਿਨ੍ਹਾਂ ਰਾਜਿਆਂ ਦੇ ਵਿੱਚੋਂ ਸੋਢੀ ਬੰਸ਼ ਕਿਵੇਂ ਪੈਦਾ ਹੋਇਆ, ਦੇਵਤਿਆਂ ਦੇ ਦੈਂਤਾਂ 'ਚੋਂ ਚੱਲਦਿਆਂ ਚੱਲਦਿਆਂ ਰਾਜਿਆਂ ਦੇ ਵੰਸ਼ ਵਧੇ, ਉਹਨਾਂ ਰਾਜਿਆਂ 'ਚੋਂ ਚੰਗੇ ਵੀ ਹੋਏ, ਮਾੜੇ ਵੀ ਹੋਏ, ਜੰਗ ਯੁੱਧ ਵੀ ਹੋਏ। ਉਹਨਾਂ ਰਾਜਿਆਂ ਦੇ ਪ੍ਰਸੰਗ ਕਲਗੀਧਰ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਕਿ ਸੋਢੀ ਬੰਸ਼ ਬਣਿਆ ਕਿਵੇਂ ਹੈ, ਅਤੇ ਉਸਦੇ ਸੋਢੀ ਬੰਸ਼ ਵੱਧਦਾ ਵੱਧਦਾ ਅਤੇ ਉਹ ਵਰ ਕਿਵੇਂ ਪ੍ਰਾਪਤ ਹੋਇਆ। ਗੁਰੂ ਰਾਮਦਾਸ ਸਾਹਿਬ ਜੀ ਅਤੇ ਕੁਰਤਾ ਗੱਦੀ ਸੋਢੀਆਂ ਨੂੰ ਮਿਲਣੀ, ਉਹ ਵੀ ਕਥਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣੀ ਵਿੱਚ ਕੀਤੀ ਹੈ। ਮਹਾਰਾਜ ਕਿਰਪਾ ਕਰਨ ਅਗਲੇ ਸਮੇਂ ਸਰਵਣ ਕਰਾਂਗੇ। ਇੱਥੇ ਤੱਕ ਪਰਮੇਸ਼ਰ ਦੇ ਨਾਮ ਦੀ ਵਹਿਮਾ ਅਤੇ ਕਾਲ ਪੁਰਖ ਦੇ ਵਿੱਚੋਂ
ਇਹ ਕਾਲ ਸਹਿਣ, ਕਾਲ ਕੇਤ, ਕਰੂਰ ਬਰਸ, ਕਾਲ ਧੁਜ, ਇਹ ਚਾਰੇ ਪਾਸੇ ਵਿਆਪਕ ਕਾਲ ਦਾ ਨਾਮ ਹੈ। ਉਹਦੇ ਵਿੱਚੋਂ ਸੈਂਸ ਰਾਜ ਹਜ਼ਾਰਾਂ ਅੱਖਾਂ ਵਾਲਾ, ਹਜ਼ਾਰਾਂ ਚਰਨਾਂ ਵਾਲਾ ਅਤੇ ਸ਼ੇਸ਼ ਨਾਗ ਦੇ ਉੱਤੇ ਸੌਣ ਵਾਲਾ ਵਿਸ਼ਨੂੰ ਰੂਪ, ਜਿਹਨੂੰ ਵਿਸ਼ਨੂੰ ਕਿਹਾ ਜਾਂਦਾ, ਇਹ ਉਹਦੇ ਵਿੱਚੋਂ ਪੈਦਾ ਹੋਇਆ। ਯਾਨੀ ਕਾਲ ਦੇ ਵਿੱਚੋਂ ਹੀ ਵਿਸ਼ਨੂੰ ਪੈਦਾ ਹੋਇਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਉਸੇ ਵਿਸ਼ਨ ਸਰੂਪ ਦੇ ਵਿੱਚੋਂ ਇੱਕ ਸ਼ਰਵਣ ਦੇ ਮੈਲ ਨਿਕਾਰ, ਅਗਿਆਨਤਾ ਦੀ ਮੈਲ ਪਰਾਂ ਕੀਤੀ ਅਤੇ ਦੈਂਤ ਪੈਦਾ ਹੋਏ। ਹੁਣ ਵਿਸ਼ਨ ਕੌਣ ਹੈ? ਵਿਆਪਕਤਾ, ਜੋ ਹਜ਼ਾਰਾਂ ਚਰਨਾਂ ਦੇ ਵਿੱਚ ਵਿਆਪਕ ਹੈ, ਹਜ਼ਾਰਾਂ ਅੱਖਾਂ ਦੇ ਵਿੱਚ ਵਿਆਪਕ ਹੈ, ਉਹ ਵਿਆਪਕ ਸ਼ਕਤੀ ਦੇ ਵਿੱਚੋਂ ਅਗਿਆਨਤਾ ਜਦੋਂ ਕੱਢਦੇ ਹਨ ਤਾਂ ਉਹਦੇ ਨਾਲ ਦੈਂਤ ਪੈਦਾ ਹੁੰਦੇ। ਦੂਜੇ ਅਗਿਆਨਤਾ ਦੇ ਰੰਗ ਨੂੰ ਜਦੋਂ ਦੂਰ ਕੀਤਾ ਤਾਂ ਉਹਦੇ ਵਿੱਚੋਂ ਸ੍ਰਿਸ਼ਟੀ ਬਣੀ ਹੈ। ਉਹਨਾਂ ਦੈਂਤਾਂ ਨੂੰ ਫਿਰ ਆਪੇ ਮਾਰਿਆ ਮਧ ਕੈਟ ਨੂੰ, ਉਹ ਦੈਂਤਾਂ ਦੇ ਮੇਧਾ ਤੋਂ ਧਰਤੀ ਬਣੀ ਹੈ। ਧਰਤੀ ਸਮੁੰਦਰ ਦੇ ਉੱਤੇ ਚਿਕਨਾਹਟ ਜਿਹੜੀ ਬਣੀ ਉਹਨਾਂ ਦੀ, ਚਿਕਨ ਤਾਸ ਜਲ ਪਰ ਤਿਰ ਰਹੀ, ਮੇਧਾ ਨਾਮ ਤਬਹਿ ਤੇ ਕਹੀ। ਫਿਰ ਮਹਾਰਾਜ ਕਹਿੰਦੇ ਦੈਂਤ ਕੌਣ? ਕੁਕਿਰਤ ਕਰਮ ਕਰਨ ਵਾਲੇ ਦੈਂਤ ਹਨ, ਚੰਗੇ ਕਰਮ ਕਰਨ ਵਾਲੇ ਦੇਵਤੇ। ਮਹਾਰਾਜ ਕਹਿੰਦੇ ਵਿਸਥਾਰ ਸਹਿਤ ਨਹੀਂ, ਸੂਖਸ਼ਮ ਰਾਜੇ ਤਾਂ ਅਨੰਤ ਹੋਏ, ਪਰ ਉਹਨਾਂ ਵਿੱਚੋਂ ਕੁਛ ਰਾਜਿਆਂ ਦਾ ਪ੍ਰਕਰਨ ਕਰਗੀ ਤਰ ਪਾਤਸ਼ਾਹ, ਜੋ ਸੋਢੀ ਬੰਸ ਤੱਕ ਜਾਂਦਾ ਹੈ। ਉਸ ਦਾ ਰੂਪ ਮਹਾਰਾਜ ਨੇ ਵਰਣਨ ਕੀਤਾ, ਉਹ ਪ੍ਰਕਰਨ ਆਪਾਂ ਅਗਲੇ ਸਮੇਂ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਹੁ ਵਿਥਾਰ ਕਹਾਂ ਲਗਾ ਬਖਾਨੀਅਤ, ਗ੍ਰੰਥ ਬੜਨ ਤੇ ਅਤ ਡਰ ਮਾਨੀਅਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਇਹਨਾਂ ਦੇ ਭਵੰਕਾਰ ਸਰਵ ਪ੍ਰਸਾਦ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿ ਸਹਿਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵ ਨਿਆਈਆਂ, ਸ਼ਬਦ ਉਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾ ਅਨੰਦ ਹੋਆ, ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਾਰ ਹੋਆ, ਨਾਲੇ ਹਾ